ਚੰਦ ਕੰਮ ਵੀ ਨਹੀਂ ਕੀਤਾ। ਅਸੀਂ 43,000 ਨੌਕਰੀਆਂ ਦਿੱਤੀਆਂ, ਕੋਈ ਸਰਕਾਰ ਚੱਕ ਲਓ ਕਿਸੇ ਨੇ ਵੀ ਪਹਿਲੇ 2 ਸਾਲਾਂ 43,000 ਨੌਕਰੀ ਦਿੱਤੇ ਤਾਂ ਲੋਕ ਸਾਨੂੰ ਜਮ੍ਹਾਂ ਵੋਟਾਂ ਨਾ ਪਾਉਣ, ਕਰਦੇ ਹੀ ਨਹੀਂ ਸੀ। ਜਦੋਂ ਲਾਸਟ ਦੇ 6 ਮਹੀਨੇ ਰਹਿੰਦੇ ਸੀ ਉਦੋਂ ਜਾ ਕੇ ਨੌਕਰੀਆਂ ਦੇਣੀਆਂ ਸ਼ੁਰੂ ਕਰਦੇ ਸੀ, ਉਦੋਂ ਜਾ ਕੇ ਕੋਈ ਇੱਕ ਅੱਧਾ ਵਾਅਦਾ ਪੂਰਾ ਕਰਦੇ ਸੀ, ਉਦੋਂ ਜਾ ਕੇ 2-4 ਨੀਂਹ ਪੱਥਰ ਰੱਖ ਦਿੰਦੇ ਸੀ। ਇਹ ਪਹਿਲੀ ਸਰਕਾਰ ਆ, ਪਹਿਲੇ ਮੁੱਖ ਮੰਤਰੀ ਨੇ ਜਿਨ੍ਹਾਂ ਨੇ ਆਉਣ ਸਾਰ ਕੰਮ ਕੀਤਾ, ਤੇ ਸਾਨੂੰ ਮਾਣ ਹੈ। ਤਕੜੇ ਹੋ ਕੇ ਲੜਾਈ ਜਿਹੜੀ ਹੈ ਲੜਨੀ ਹੈ, ਤੇ ਜਿਹੜੇ ਆ ਬਾਹਰਲੇ ਜ਼ਿਲ੍ਹਿਆਂ ਤੋਂ ਆਏ ਆ ਸਾਰਿਆਂ ਨੂੰ ਇੱਥੋਂ ਭਜਾਉਣਾ, ਤੇ ਤੁਹਾਡੇ ਸਿਰ ਤੇ ਜਿਹੜਾ ਉਹ ਭਜਾਉਣਾ। ਸੋ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ, ਤੇ ਲਾਸਟ ਤੇ ਇੱਕੋ ਬੇਨਤੀ ਕਰਦਾ, ਕਿਉਂਕਿ ਮਾਨ ਸਾਹਿਬ ਜਿੰਨੇ ਉਮੀਦਵਾਰ ਨੇ ਇਕੱਲੇ ਤੁਸੀਂ ਹੋ ਜਿਨ੍ਹਾਂ ਨੇ ਸੰਗਰੂਰ ਦੇ ਮੁੰਡੇ ਨੂੰ ਟਿਕਟ ਦਿੱਤੀ ਹੈ, ਬਾਕੀ ਸਾਰਿਆਂ ਨੇ ਬਾਹਰੋਂ ਫੜ ਫੜ ਕੇ ਜਿਹੜੇ ਉਹ ਲਿਆਉਂਦੇ ਆ। ਇੱਕ ਤਾਂ ਪਤਾ ਨਹੀਂ ਕਾਂਗਰਸ ਵਾਲਿਆਂ ਨੇ ਜਿਹੜੇ ਖਹਿਰਾ ਸਾਹਿਬ ਲਿਆਉਂਦੇ ਆ, ਆ ਜਿੰਨੇ ਇੱਥੇ ਬੈਠੇ ਆ ਮੈਨੂੰ ਲੱਗਦਾ ਇਹਨਾਂ ਨੂੰ ਕਿਸੇ ਨੂੰ ਜ਼ਿਲ੍ਹਾ ਵੀ ਪਤਾ ਹੋਊ ਵੀ ਭਲੱਥ ਕਿਹੜੇ ਜ਼ਿਲ੍ਹੇ ਦੇ ਵਿੱਚ ਪੈਂਦਾ। ਉਹ ਮੈਂ ਤਾਂ ਕਿਸੇ ਪੱਤਰਕਾਰ ਨੂੰ ਹੱਸਦੇ ਨੇ ਕਹਿਤਾ, ਮੈਂ ਕਿਹਾ ਵੀ ਖਹਿਰਾ ਸਾਹਿਬ 10 ਪਿੰਡਾਂ ਦੇ ਨਾਂ ਦੱਸ ਦੇਣ, ਤੇ ਤੁਸੀਂ ਦੇਖੋ ਵੀ ਤੀਜੇ ਪਿੰਡ ਤੋਂ ਬਾਅਦ ਚੌਥਾ ਪਿੰਡ ਨਹੀਂ ਦੱਸਿਆ ਗਿਆ। ਤੇ ਸਾਨੂੰ ਅੱਜ ਪਤਾ ਲੱਗਿਆ ਵੀ ਸੰਗਰੂਰ ਵੀ ਪਿੰਡ ਹੈ, ਧੂਰੀ ਵੀ ਪਿੰਡ ਹੈ, ਲਹਿਰਾ ਵੀ ਪਿੰਡ ਹੈ। ਸੋ ਭਰਾ ਮੇਰੇ, ਜਿਹੜਾ ਬੰਦਾ ਚੰਡੀਗੜ੍ਹ ਸੰਗਰੂਰ ਨੈਵੀਗੇਸ਼ਨ ਲਾ ਕੇ ਆਉਂਦਾ, ਉਹ ਕਿੱਥੋਂ ਸੰਗਰੂਰ ਦੇ ਲੋਕਾਂ ਦੀ ਲੜਾਈ ਲੜਨ ਦੋ। ਛਾਜਲੀ ਦਾ ਨਾਂ ਲਿਆ ਸੀ, ਮੈਂ ਕਹਿੰਦਾ ਖਹਿਰਾ ਸਾਹਿਬ ਨੂੰ ਛਾਜਲੀ ਛੱਡਿਆਓ, ਬਿਨਾਂ ਰਾਹ ਪੁੱਛੇ ਸੰਗਰੂਰ ਨਹੀਂ ਆ ਸਕਦੇ। ਉਹ ਕੀ ਸੰਗਰੂਰ ਦੇ ਲੋਕਾਂ ਦੀ ਗੱਲ ਕਰੋ, ਨਾਲੇ ਚਲੋ ਰਾਹ ਪਤਾ ਵੀ ਹੋਣ, ਪਿੰਡ ਪਤਾ ਵੀ ਹੋਣ, ਪਰ ਕੋਈ ਛਾਤੀ ਤੇ ਹੱਥ ਮਾਰਨ ਨਾਲ ਕੋਈ ਇਮਾਨਦਾਰ ਨਹੀਂ ਬਣ ਜਾਂਦਾ, ਕੋਈ ਕਰੈਕਟਰ ਸਾਫ ਨਹੀਂ ਹੋ ਜਾਂਦਾ। ਅਸੀਂ 3 ਉਮੀਦਵਾਰਾਂ ਨੂੰ ਟਿਕਟਾਂ ਜਿਹੜੀਆਂ ਚਲੋ ਸਾਨੂੰ ਚੰਗੇ ਲੱਗੇ ਅਸੀਂ ਲਿਆ ਕੇ ਦੇਤੀਆਂ। ਖਹਿਰਾ ਸਾਹਿਬ ਕਹਿੰਦੇ ਆ ਜੀ ਤਿੱਤਲੀਆਂ ਨੂੰ ਦੇਤੀਆਂ, ਤਿੱਤਲੀਆਂ ਨੂੰ ਦੇਤੀਆਂ। ਜਿੱਦਣ ਤੁਸੀਂ ਸਾਡੇ 'ਚ ਆਏ ਸੀ ਤੁਸੀਂ ਵੀ ਤਾਂ ਫਿਰ ਤਿੱਤਲੀ ਸੀ, ਨਾਲੇ ਤਾਂ ਚਲੋ ਕੋਈ ਦੂਜੀ ਪਾਰਟੀ 'ਚ ਆਇਆ ਹੋ। ਖਹਿਰਾ ਸਾਹਿਬ ਤੁਸੀਂ ਜੰਮੇ ਅਕਾਲੀ ਦਲ 'ਚ, ਫਿਰ ਕਾਂਗਰਸ 'ਚ ਗਏ, ਫਿਰ ਆਮ ਆਦਮੀ ਪਾਰਟੀ 'ਚ ਆਏ, ਫਿਰ ਪੰਜਾਬੀ ਏਕਤਾ ਪਾਰਟੀ, ਫਿਰ ਕਾਂਗਰਸ। ਇਕੱਲੀ ਪੰਜਾਬ 'ਚੋਂ ਭਾਜਪਾ ਬਦਲੀ ਆ ਜਿਹਦੇ 'ਚ ਖਹਿਰਾ ਸਾਹਿਬ ਨਹੀਂ ਗਏ। ਜਿਹੜਾ ਬੰਦਾ 6 ਪਾਰਟੀਆਂ ਬਦਲ ਚੁੱਕਿਆ ਉਹ ਦੂਜਿਆਂ ਨੂੰ ਕਹਿ ਰਿਹਾ ਤਿੱਤਲੀਆਂ, ਤੂੰ ਤਾਂ ਹੈਲੀਕਾਪਟਰ ਆ, ਕਦੇ ਕਿੱਥੇ ਕਦੇ ਕਿੱਥੇ। ਸੋ ਮੈਂ ਦੁਬਾਰਾ ਕਹੂੰਗਾ ਭਰਾ ਮੇਰਿਓ, ਜਿੰਨੇ ਵੀ ਕਿਉਂਕਿ ਤੁਸੀਂ ਤਾਂ ਵਰਕਰ ਬੈਠੇ ਹੋ, ਗੱਲ ਮੀਡੀਆ 'ਚ ਜਾਣੀ ਹੈ, ਕੋਈ ਛਾਤੀ ਦੇ ਹੱਥ ਮਾਰਨ ਨਾਲ ਇਮਾਨਦਾਰ ਨਹੀਂ ਬਣ ਜਾਂਦਾ। ਇਹ ਨਹੀਂ ਵੀ ਭਾਈ ਉਹਦੀ ਨੈਤਿਕਤਾ ਬਹੁਤ ਕੋਈ ਉੱਚੀ ਆ, ਬੜੀਆਂ ਇੱਦਾਂ ਦੀਆਂ ਉਦਾਹਰਨਾਂ ਨੇ। ਮੈਂ ਖਹਿਰਾ ਸਾਹਿਬ ਨੂੰ ਅੱਜ ਇੱਕ ਹੋਰ ਸਵਾਲ ਵੀ ਕਰੂੰਗਾ, ਤੁਸੀਂ ਖੁਦ ਮੁਖਤਿਆਰੀ ਦੀਆਂ ਨੈਤਿਕਤਾ ਦੀਆਂ ਗੱਲਾਂ ਦੀ, ਆਮ ਆਦਮੀ ਪਾਰਟੀ ਦਿੱਲੀਓਂ ਚੱਲਦੀ ਹੈ, ਆ ਬੈਠੇ ਆ ਮਾਨ ਸਾਹਿਬ, ਜਿੱਦਣ ਮੈਨੂੰ ਟਿਕਟ ਦਿੱਤੀ ਆ ਬੁਲਾ ਕੇ ਪੁੱਛਿਆ ਵੀ ਮੀਂਹ ਤੇ ਲੜੇਗਾ, ਮੈਂ ਕਿਹਾ ਸਰ ਜੇ ਤੁਸੀਂ ਹੁਕਮ ਕਰੋਗੇ ਲੜੂੰਗਾ। ਤੇ ਤੁਸੀਂ ਜਿਹੜੇ ਕਹਿੰਦੇ ਸੀ ਇੱਥੇ ਪੰਜਾਬ 'ਚ ਫੈਸਲੇ ਕਰਨੇ ਆ, ਜਿੱਦਣ ਟਿਕਟ ਆਈ ਆਖਿਰ ਜੀ ਮੈਂ ਤਾਂ ਮੰਗੀ ਨਹੀਂ ਦਿੱਲੀਓਂ ਦੇਤੀ, ਤੇ ਹੁਣ ਮਾਪਦੰਡ ਦੋਹਰੇ ਨੇ, ਕੋਈ ਨੈਤਿਕਤਾ ਨੂਤਿਕਤਾ ਨਹੀਂ, ਕੋਈ ਜ਼ਮੀਰ ਜ਼ਮੂਰ ਨਹੀਂ। ਜੇ ਜ਼ਮੀਰ ਹੁੰਦੀ ਪਹਿਲਾ ਦੁਨੀਆ ਦਾ ਲੀਡਰ ਆਫ ਓਪੋਜੀਸ਼ਨ ਹੋਊ ਮੈਨੂੰ ਲੱਗਦਾ ਪੂਰੇ ਭਾਰਤ ਦੇ ਵਿੱਚ, ਜਿਹਨੂੰ ਨਾ ਘਰੇ ਆ ਕੇ ਜੁਆਇਨ ਕਰਵਾਇਆ, ਨਾ ਆਪਦੇ ਘਰੇ ਮੁੱਖ ਮੰਤਰੀ ਨੇ ਬੁਲਾਇਆ,
ਨਾ ਰੈਲੀ ਕੀਤੀ, ਨਾ ਪ੍ਰੈਸ ਕਾਨਫਰੰਸ ਕੀਤੀ, ਹੈਲੀਪੈਡ 'ਤੇ ਜੁਆਇਨ ਕਰਵਾ ਲਿਆ। ਖਹਿਰਾ ਸਾਹਿਬ ਆਪਦੇ ਦਿਲ 'ਤੇ ਹੱਥ ਰੱਖ ਕੇ ਦੱਸੋ, ਤੁਹਾਨੂੰ ਜਲਾਲਤ ਨਹੀਂ ਫੀਲ ਹੋਈ ਵੀ ਤੁਹਾਨੂੰ ਬੰਦਾ ਗੱਲਾਂ ਵੱਡੀਆਂ ਵੱਡੀਆਂ ਨੈਤਿਕਤਾ ਦੇ ਪਾਠ ਤੁਸੀਂ ਲੋਕਾਂ ਨੂੰ ਪੜ੍ਹਾਉਣੇ ਉੱਤੇ ਜਾ ਕੇ ਹੈਲੀਪੈਡ 'ਤੇ ਬੰਦਾ ਜੁਆਇਨ ਹੋ ਜੇ, ਕਿਉਂ ਨੈਤਿਕਤਾ ਦੀਆਂ ਗੱਲਾਂ ਕਰੇ? ਸੋ ਭਰਾ ਮੇਰੇ, ਇਹ ਲੋੜ ਪੈਣ 'ਤੇ ਗਧੇ ਨੂੰ ਵੀ ਬਾਪੂ ਕਹਿ ਦਿੰਦੇ ਆ। ਕੈਪਟਨ ਅਮਰਿੰਦਰ ਸਿੰਘ ਦੇ ਉਲਟ ਬੋਲਦੇ ਉਹਦੀਆਂ ਲੇਲੜੀਆਂ ਕੱਢ ਕੇ ਕਾਂਗਰਸ ਦੇ ਵਿੱਚ ਗਏ। ਸੋ ਗੱਲਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਹਦਾ ਕੀ ਕਰੈਕਟਰ ਹੈ, ਕਿੰਨਾ ਕੁ ਇਮਾਨਦਾਰ ਹੈ। ਸਾਰਿਆਂ ਨੂੰ ਪਤਾ ਆਹ ਪੰਡੂਰੀ ਸਾਹਿਬ ਬਾਰੇ, ਇਹਨਾਂ ਦੇ ਪਿੰਡ ਗਏ ਸੀ ਇੱਕ ਹਲਕੇ 'ਚ ਹਮੀਦ ਜੀ, ਮਤਲਬ ਕਿ ਤੁਸੀਂ ਝੂਠ ਤੋਂ ਬਾਅਦ ਬੋਲੀ ਜਾਓਗੇ। ਅਖੇ ਜੀ ਪੰਡੋਰੀ ਬਹੁਤ ਵੱਡੀ ਕੋਠੀ ਪਾ ਰਹੇ ਹੈ ਚੰਡੀਗੜ੍ਹ, ਮੇਰੇ ਪਿੰਡ ਦੇ ਗਵਾਂਢੀ ਨੇ, ਮੈਨੂੰ ਇੰਨਾ ਵਿਸ਼ਵਾਸ ਹੈ, ਮੈਂ ਖਹਿਰਾ ਸਾਹਿਬ ਨੂੰ ਚੈਲੰਜ ਕਰਦਾ ਇੱਕ ਮਰਲਾ ਪੰਡੋਰੀ ਸਾਹਿਬ ਦੇ ਨਾਮ ਮੋਹਾਲੀ ਦਾ ਚੰਡੀਗੜ੍ਹ 'ਚ ਦਿਖਾ ਦਿਓ, ਨਹੀਂ ਤੁਸੀਂ ਸਿਆਸਤ ਛੱਡਿਓ ਨਹੀਂ ਮੈਂ ਛੱਡੂੰਗਾ ਇੱਕ ਮਰਲਾ। ਮਤਲਬ ਕਿ ਸਿਰਫ ਝੂਠ ਜ਼ਬਾਨ ਤੋਂ ਬੋਲ ਕੇ। ਸੋ ਭਰਾ ਮੇਰੇ, ਆਮ ਆਦਮੀ ਪਾਰਟੀ ਤੁਹਾਡੀ ਪਾਰਟੀ ਆ, ਤੁਸੀਂ ਬਣਾਈ ਆ, ਤਕੜੇ ਹੋ ਕੇ ਲੜਾਈ ਲੜਨੀ ਹੈ। ਬਰਨਾਲੇ ਵਾਲੇ ਨੇ ਪਹਿਲਾਂ ਮੈਨੂੰ ਦੋ ਵਾਰ ਜਿਤਾਇਆ, ਆ ਸਾਡੇ ਬਰਨਾਲੇ ਦਾ ਮੀਡੀਆ ਬੈਠਾ, ਮੈਂ ਕਦੇ ਸ਼ਰਾਬ ਨਹੀਂ ਵੰਡੀ, ਕਦੇ ਪੈਸਾ ਨਹੀਂ ਵੰਡਿਆ, ਅਤੇ ਵੱਡੇ ਵੱਡੇ ਲੋਕਾਂ ਨੂੰ ਜਿਤਾ ਕੇ ਮੈਨੂੰ ਪੰਜਾਬ ਦੀ ਵਿਧਾਨ ਸਭਾ 'ਚ ਲੋਕਾਂ ਨੇ ਪਹੁੰਚਾਇਆ। ਪਰ ਇੱਕੋ ਵਾਅਦਾ ਜੋ ਮੈਂ ਬਰਨਾਲੇ ਦੇ ਲੋਕਾਂ ਨਾਲ ਨਿਭਾਇਆ ਅਤੇ ਹਰ ਸਟੇਜ ਤੋਂ ਕਹਿੰਦਾ ਰਿਹਾ ਕਿ ਮੀਤ ਨਾਲ ਕਿਸੇ ਚੀਜ਼ ਦੀ ਨਾਰਾਜ਼ਗੀ ਹੋ ਸਕਦੀ ਹੈ, ਪਰ ਇੱਕ ਲਾਂਬਾ ਮੀਤ ਦਾ ਸਾਰੀ ਜ਼ਿੰਦਗੀ ਨਹੀਂ ਆਉਂਦਾ ਕਿ ਮੀਤ ਨੇ ਇੱਕ ਨਵਾਂ ਪੈਸਾ ਸਰਕਾਰੀ ਖਾਧਾ। ਅਤੇ ਅੱਜ ਤੁਸੀਂ ਸਾਰੇ ਇੱਥੇ ਬੈਠੇ ਹੋ ਜ਼ਿੰਦਗੀ ਭਰ ਦਾ, ਕਿਉਂਕਿ ਤੁਸੀਂ ਲੋਕਾਂ ਨੇ ਮੇਰੀਆਂ ਬਾਹਾਂ ਫੜ ਕੇ ਲੜਾਈ ਲੜਨੀ ਹੈ। ਇਹ ਜ਼ਿੰਦਗੀ ਭਰ ਦਾ ਵਾਅਦਾ ਹੈ ਕਿ ਜਿੱਦਣ ਇੱਕ ਰੁਪਈਆ ਜ਼ਿੰਦਗੀ 'ਚ ਪ੍ਰੂਵ ਹੋ ਗਿਆ ਵੀ ਮੀਤ ਨੇ ਖਾਧਾ, ਮੀਤ ਸਿਆਸਤ ਦਾ ਕੀ ਦੁਬਾਰਾ ਸਿਗਰੂਰ ਨਹੀਂ ਬਣਦਾ। ਇਹ ਤੁਹਾਡੇ ਸਾਰ ਨਾਲ ਵਾਅਦਾ, ਤਕੜੇ ਹੋ ਕੇ ਸਾਥ ਦਿਓ, ਜਿੱਤਾਂਗੇ ਅਤੇ ਜਾ ਕੇ ਉੱਥੇ ਲੋਕਾਂ ਦੀ ਜਿਹੜੀ ਲੜਾਈ ਹੈ ਉਹ ਲੜਾਂਗੇ, ਅਤੇ ਪਰਮਾਤਮਾ ਮਿਹਰ ਕਰੂ, ਹੱਕ ਮੰਗਣ ਵਾਲੇ ਨਹੀਂ ਹੱਕ ਦੇਣ ਵਾਲੇ ਆਪਾਂ।